ਕੁਛ ਨਗਰ ਮਤਲਬ ਕੀਰਤਨ ਵਗੈਰਾ ਕੀਤਾ ਬਾਬਾ ਜੀ ਨੇ। ਸ਼ਾਮ ਨੂੰ ਉਹਨਾਂ ਦੀ ਜਿਹੜੀ ਰਿਪੋਰਟ ਸੀ ਉਹ ਪੋਜ਼ਿਟਿਵ ਆਈ। ਜਾਣੀ ਹੁਣ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਆ। 3 ਤਰੀਕ ਨੂੰ ਜਦੋਂ ਗ੍ਰੰਥੀ ਸਾਹਿਬ ਦੀ ਰਿਪੋਰਟ ਹੈ ਜਿਹੜੀ ਪੋਜ਼ਿਟਿਵ ਆਈ ਆ, ਕੀ ਤੁਹਾਨੂੰ ਗ੍ਰੰਥੀ ਸਾਹਿਬ ਨੇ ਦੱਸਿਆ ਸੀ ਕਿ ਮੇਰੀ ਰਿਪੋਰਟ ਹੈ ਜਿਹੜੀ ਪੋਜ਼ਿਟਿਵ ਆਈ? ਇਹ ਜੀ 31 ਤਰੀਕ ਇਸ ਦਿਨ ਇਹ ਰਿਪੋਰਟ ਕਰਵਾ ਕੇ ਆਏ ਤੇ ਜੀ, ਅਤੇ 31 ਤਰੀਕ ਨੂੰ ਇਹਨਾਂ ਨੂੰ 3 ਵਜੇ ਪਤਾ ਲੱਗਿਆ ਜੀ। ਇਹਨਾਂ 3 ਵਜੇ ਸਾਨੂੰ ਦੱਸਿਆ, 4 ਕੁ ਵਜੇ ਦੇ ਗੇੜ 'ਚ ਦੱਸਿਆ ਜੀ ਸਾਨੂੰ ਵੀ ਐਂ ਕਰਕੇ ਇਹਨਾਂ ਨੂੰ ਕਿਹਾ ਵੀ ਰਿਪੋਰਟ ਆ ਗਈ ਜੀ ਮੇਰੀ ਐਸਲੋਟ। ਅਤੇ ਉਹਨਾਂ ਨੇ ਕੀ ਕੀਤਾ ਜੀ, ਇਹਨਾਂ ਨੂੰ ਆਖਿਆ ਵੀ ਤੁਸੀਂ ਅੰਦਰੇ ਰਹੋ, ਵੀ ਪ੍ਰਕਾਸ਼ ਨਹੀਂ ਕਰਨਾ ਨਾ ਤੁਸੀਂ ਕਾਸ਼ ਕਰਨਾ ਜੀ। ਭਵਾਨੀਗੜ੍ਹ ਨੇੜਲੇ ਪਿੰਡ ਸਕਰੌਦੀ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਕੋਰੋਨਾ ਪੋਜ਼ਿਟਿਵ ਹੋਣ ਦੇ ਬਾਵਜੂਦ ਗੁਰਦੁਆਰਾ ਸਾਹਿਬ ਵਿੱਚ ਪਿੰਡ ਦੇ ਕਿਸਾਨ ਆਗੂ ਕਰਮਜੀਤ ਸਿੰਘ ਗਰੇਵਾਲ ਦੇ ਪਏ ਭੋਗ ਵਿੱਚ ਉੱਥੇ ਆਈਆਂ ਸੰਗਤਾਂ ਨੂੰ ਦੇਗ ਵਰਤਾਈ, ਜਿਸ ਦਾ ਪਤਾ ਲੱਗਣ ਬਾਅਦ ਸਿਹਤ ਵਿਭਾਗ ਨੂੰ ਭਾਜਣਾ ਪੈ ਗਈਆਂ ਹਨ। ਗ੍ਰੰਥੀ ਸਿੰਘ ਦੇ ਸੰਪਰਕ ਵਿੱਚ ਰਹੇ ਵਿਅਕਤੀਆਂ ਅਤੇ ਭੋਗ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇਸ ਤੋਂ ਬਾਅਦ ਸਿਹਤ ਵਿਭਾਗ ਦੇ ਵੱਲੋਂ ਪੂਰੇ ਪਿੰਡ ਦੇ ਲੋਕਾਂ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਕੀਤੇ ਲੋਕਾਂ ਦੀ ਟੈਸਟਿੰਗ ਵਿੱਚੋਂ ਕੋਈ ਵੀ ਪਿੰਡ ਵਾਸੀ ਕੋਰੋਨਾ ਪੋਜ਼ਿਟਿਵ ਨਹੀਂ ਆਇਆ। ਭਵਾਨੀਗੜ੍ਹ ਤੋਂ ਆਜ਼ਾਦ ਟੀਵੀ ਨਿਊਜ਼ ਦੇ ਲਈ ਮੁਕੇਸ਼ ਸਿੰਗਲਾ ਦੀ ਰਿਪੋਰਟ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਪ੍ਰੇਮਜੀਤ ਸਿੰਘ ਆ ਜੀ, ਪਿੰਡ ਸਕਰੌਦੀ। ਪ੍ਰੇਮਜੀਤ ਜੀ, ਕੀ ਘਟਨਾ ਵਾਪਰੀ ਹੈ 1 ਤਰੀਕ ਨੂੰ, ਕਿਉਂਕਿ 1 ਗ੍ਰੰਥੀ ਸਿੰਘ ਦੇ ਪੋਜ਼ਿਟਿਵ ਆਉਣ ਨਾਲ ਕੀ ਮਾਹੌਲ ਬਣਿਆ? ਇਹ ਦਿੱਲੀ ਮੋਰਚੇ ਦੇ ਵਿੱਚ ਸਾਡੇ ਪਿੰਡ ਦਾ ਕਿਸਾਨ ਗਿਆ ਹੈ ਅਤੇ ਜੀ ਕਰਮਜੀਤ ਸਿੰਘ, ਉਹਦੀ 23 ਤਰੀਕ ਨੂੰ ਡੈਥ ਹੋ ਗਈ ਸੀ। ਉਹਦਾ ਜਿਹਦਾ ਸੰਬੰਧ ਦੇ ਵਿੱਚ 1 ਤਰੀਕ ਨੂੰ ਭੋਗ ਰੱਖਿਆ ਹੋਇਆ ਸੀ ਅਤੇ ਭੋਗ ਦੇ ਵਿੱਚ ਸਾਰਾ ਕੁਛ ਨਗਰ ਮਤਲਬ ਕੀਰਤਨ ਵਗੈਰਾ ਕੀਤਾ ਬਾਬਾ ਜੀ ਨੇ। ਸ਼ਾਮ ਨੂੰ ਉਹਨਾਂ ਦੀ ਜਿਹੜੀ ਰਿਪੋਰਟ ਸੀ ਉਹ ਪੋਜ਼ਿਟਿਵ ਆਈ। ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਜਾਣੀ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਰਿਹਾ, ਵੈਸੇ ਤਾਂ ਕੱਲ੍ਹ ਸਾਰਿਆਂ ਨੂੰ ਪਤਾ ਲੱਗਿਆ ਜਾਣੀ 2 ਤਰੀਕ ਨੂੰ, ਅਤੇ ਜਾਣੀ ਹੁਣ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਆ। ਜਿਹੜੇ ਜਿਹੜੇ ਮਤਲਬ ਗੁਰਦੁਆਰਾ ਸਾਹਿਬ ਆਏ ਨੇ ਜਾਂ ਜਿਨ੍ਹਾਂ ਨੇ ਦੇਖ ਲਈ ਆ, ਜਾਣੀ ਉਹ ਸਾਰੇ ਡਰੇ ਹੋਏ ਨੇ ਵੀ ਵੀ ਹੋ ਸਕਦਾ ਇਹ ਨਾਮਰਾਦ ਬਿਮਾਰੀ 'ਚ ਕਿਸੇ ਨੂੰ ਵੀ ਚਿੰਬੜ ਸਕਦੀ ਆ। ਮੈਂ ਜੀ ਹਲੇ ਨਹੀਂ ਕਰਾਇਆ ਟੈਸਟ। ਅਤੇ ਕੱਲ੍ਹ ਕੋਈ ਸਿਹਤ ਵਿਭਾਗ ਵੱਲੋਂ ਟੀਮ ਆਈ ਸੀ? ਕੱਲ੍ਹ ਸਿਹਤ ਵਿਭਾਗ ਵੱਲੋਂ ਟੀਮ ਆਈ ਤੀ ਜੀ। ਉਹਨਾਂ ਨੇ ਕਿਹਾ ਵੀ ਜਿਹੜੇ ਉਹ ਇਸ ਪਰਿਵਾਰ ਨਾਲ ਜਾਂ ਗ੍ਰੰਥੀ ਸਿੰਘ ਨਾਲ ਨੇੜੇ ਨੇ ਟੱਚ ਰਹੇ ਨੇ ਵੀ ਉਹਨਾਂ ਨੂੰ ਕਰਾਉਣਾ ਚਾਹੀਦਾ ਵੀ। ਹਾਂ, ਗੁਰਦੁਆਰਾ ਸਾਹਿਬ ਦੇ ਵਿੱਚੋਂ ਕੋਈ ਅਨਾਊਂਸਮੈਂਟ ਵਗੈਰਾ ਕਰਾਈ ਗਈ? ਕੱਲ੍ਹ ਅਨਾਊਂਸਮੈਂਟ ਕੱਲ੍ਹ ਵੀ ਹੋਈ ਹੈ ਜੀ, ਇਹਦੇ ਸੰਬੰਧ ਵਿੱਚ ਵੀ ਆਪਣੀ ਟੀਮ ਆ ਰਹੀ ਹੈ ਸਿਹਤ ਵਿਭਾਗ ਦੀ। ਅੱਜ ਵੀ ਕਰਾਈ ਆ ਵੀ ਡਿਸਪੈਂਸਰੀ 'ਚ ਮਤਲਬ ਚੈੱਕਅਪ ਹੋ ਰਿਹਾ, ਜਿਹੜਾ ਸੈਂਪਲ ਵਗੈਰਾ ਲੈਣਗੇ ਸਾਰੇ ਉੱਥੇ ਜਾ ਕੇ ਕਰਵਾਉਣ ਜਾ ਕੇ। ਸਾਰੇ ਪਿੰਡ ਦੇ ਵਾਸੀ ਜਾਣੀ ਇਸ ਦਾ ਨਾਲ ਸਹਿਯੋਗ ਦੇਣ ਨੂੰ ਤਿਆਰ ਨੇ ਵੀ ਮਤਲਬ ਤਾਂ ਕਿ ਇਸ ਬਿਮਾਰੀ ਤੋਂ ਕਿਵੇਂ ਨਾ ਕਿਵੇਂ ਮਤਲਬ ਛੁਟਕਾਰਾ ਹੋ ਸਕਦਾ। ਮੇਰਾ ਨਾਮ ਜਗਦੇਵ ਸਿੰਘ ਹੈ ਜੀ, ਪਿੰਡ ਸਕਰੌਦੀ ਹੈ ਜੀ। ਜਗਦੇਵ ਸਿੰਘ ਜੀ, ਕੀ 3 ਤਰੀਕ ਨੂੰ ਜਦੋਂ ਗ੍ਰੰਥੀ ਸਾਹਿਬ ਦੀ ਰਿਪੋਰਟ ਹੈ ਜਿਹੜੀ ਪੋਜ਼ਿਟਿਵ ਆਈ ਆ, ਕੀ ਤੁਹਾਨੂੰ ਗ੍ਰੰਥੀ ਸਾਹਿਬ ਨੇ ਦੱਸਿਆ ਸੀ ਕਿ ਮੇਰੀ ਰਿਪੋਰਟ ਹੈ ਜਿਹੜੀ ਪੋਜ਼ਿਟਿਵ ਆਈ ਹੈ? ਇਹ ਜੀ 31 ਤਰੀਕ ਇਸ ਦਿਨ ਇਹ ਰਿਪੋਰਟ ਕਰਵਾ ਕੇ ਆਏ ਤੇ ਜੀ, ਅਤੇ 31 ਤਰੀਕ ਨੂੰ ਇਹਨਾਂ ਨੂੰ 3 ਵਜੇ ਪਤਾ ਲੱਗਿਆ ਜੀ। ਇਹਨਾਂ 3 ਵਜੇ ਸਾਨੂੰ ਦੱਸਿਆ, 4 ਕੁ ਵਜੇ ਦੇ ਗੇੜ 'ਚ ਦੱਸਿਆ ਜੀ ਸਾਨੂੰ ਵੀ ਐਂ ਕਰਕੇ ਇਹਨਾਂ ਨੂੰ ਕਿਹਾ ਵੀ ਰਿਪੋਰਟ ਆ ਗਈ ਜੀ ਮੇਰੀ ਐਸਲੋਟ। ਅਤੇ ਉਹਨਾਂ ਨੇ ਕੀ ਕੀਤਾ ਜੀ, ਇਹਨਾਂ ਨੂੰ ਆਖਿਆ ਵੀ ਤੁਸੀਂ ਅੰਦਰੇ ਰਹੋ, ਵੀ ਪ੍ਰਕਾਸ਼ ਨਹੀਂ ਕਰਨਾ ਨਾ ਤੁਸੀਂ ਕਾਸ਼ ਕਰਨਾ ਜੀ। ਅਤੇ ਇਹ ਅੰਦਰ ਕਰਤੇ ਜੀ ਇਹ। ਉਦੋਂ ਬਾਅਦ ਜੀ ਇਹਨਾਂ ਦਾ ਐਡਰੈਸ ਸੀ ਇਹਨਾਂ ਦਾ ਬੋੜਾਂ ਕਲਾਂ ਦੇ ਪਿੰਡ ਇਹਨਾਂ ਦਾ ਬੋੜਾਂ ਕਲਾਂ ਜੀ, ਉੱਥੇ ਐਡਰੈਸ ਇਹਨਾਂ ਦਾ ਉੱਥੇ ਦਾ ਜੀ, ਆਧਾਰ ਕਾਰਡ ਦਾ ਜੀ। ਉਦੋਂ ਬਾਅਦ ਜੀ ਟੀਮ ਦੀ ਜਿਹੜੀ ਸਿਹਤ ਵਿਭਾਗ ਵੱਲੋਂ ਜੀ ਉਹ ਬੋੜਾਂ ਕਲਾਂ ਚਲੀ ਗਈ ਜੀ। ਉਹਨਾਂ ਨੂੰ ਉੱਥੋਂ ਪਤਾ ਲੱਗਿਆ ਵੀ ਉਹ ਗ੍ਰੰਥੀ ਸਿੰਘ ਸਕਰੌਦੀ ਰਹਿੰਦੇ ਨੇ ਜੀ, ਉਹ ਟੀਮ ਸਕਰੌਦੀ ਆ ਗਈ ਜੀ। ਉਦੋਂ ਬਾਅਦ ਡਿਸਪੈਂਸਰੀ ਦੇ ਵਿੱਚ ਆਈ ਜੀ, ਬਾਬਾ ਜੀ ਵੀ ਉੱਥੇ ਜੀ ਜਵਾਕਾਂ ਨੂੰ ਲੈ ਕੇ ਗਏ ਹੋਏ ਤੇ ਜੀ ਟੈਸਟ ਕਰਵਾਉਣ ਵਾਸਤੇ ਜੀ। ਅਤੇ ਉਹ ਟੀਮ ਨੇ ਜਾ ਕੇ ਆ ਕੇ ਜੀ ਇਹਨਾਂ ਨੂੰ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਕਮਰੇ ਦੇ ਵਿੱਚ ਅੱਡ ਇਹਨਾਂ ਨੂੰ ਕੁਆਰੰਟਾਈਨ ਕਰਤਾ ਜੀ 15 ਦਿਨ ਵਾਸਤੇ ਜੀ। ਇਹਨਾਂ ਨੂੰ ਕਿੱਟ ਦੇ ਤੀ ਜੀ ਉਹਨਾਂ ਨੇ ਜੀ। ਅਤੇ ਉਦੋਂ ਬਾਅਦ ਜੀ ਸਮਝ ਲਓ ਜੀ ਸਾਰੇ ਪਿੰਡ ਨੂੰ ਜਿੰਨੇ ਵੀ ਗ੍ਰੰਥੀ ਸਿੰਘ ਦੇ ਲਵੇ ਲਾਉਣੇ ਲੱਗਦੇ ਤੇ ਬੰਦੇ ਜੀ, ਉਹਨਾਂ ਨੇ ਸਾਰੇ ਆਪੋ ਆਪਦੇ ਟੈਸਟ ਕਰਵਾਏ ਨੇ ਜੀ। ਉਹ ਸਾਰੇ ਠੀਕ ਆਏ ਨੇ, ਕੋਈ ਕਿਸੇ ਨੂੰ ਆਇਆ ਨਹੀਂ। ਇਹੀ ਗੱਲ ਜੀ, ਅੱਜ ਫਿਰ ਉਹ ਟੀਮ ਆਈ ਹੋਈ ਹੈ ਜੀ ਡਿਸਪੈਂਸਰੀ ਦੇ ਵਿੱਚ, ਅੱਜ ਫਿਰ ਉਹ ਸਾਰਿਆਂ ਦੇ ਟੈਸਟ ਕਰ ਰਹੇ ਨੇ ਜੀ। ਪਿੰਡ ਦਾ ਕੀ ਮਾਹੌਲ ਹੋਇਆ ਸੀ ਜਦੋਂ ਪਤਾ ਲੱਗਿਆ? ਜਦੋਂ ਪਤਾ ਲੱਗਿਆ ਪਿੰਡ ਦੇ ਵਿੱਚ ਬਹੁਤ ਸ਼ਹਿਮ ਦਾ ਮਾਹੌਲ ਹੋ ਗਿਆ ਜੀ, ਬਹੁਤ ਹਰੇਕ ਬੰਦੇ ਨੂੰ ਮਹਿਸੂਸ ਹੋਇਆ ਵੀ ਬਹੁਤ ਕੰਮ ਗਲਤ ਹੋਇਆ ਜੀ ਇਹ, ਅਤੇ ਵੀ ਹੋਣਾ ਨਹੀਂ ਚਾਹੀਦਾ ਸੀ। ਇਹ ਗ੍ਰੰਥੀ ਸਿੰਘ ਨੂੰ ਪਹਿਲਾਂ ਜੇ ਬਿਖਾ ਦੀ 10 ਦੇਣਾ ਚਾਹੀਦਾ ਸੀਗਾ ਜੀ ਵੀ ਮੁੱਕ ਝੱਲ। ਜਿਹੜੀ ਗ੍ਰੰਥੀ ਸਿੰਘ ਦੀ ਪਤਾ ਲੱਗਿਆ ਕਿ ਉਹਨਾਂ ਦੀ ਜਿਹੜੀ ਪਤਨੀ ਹੈ ਉਹ ਵੀ ਪੋਜ਼ਿਟਿਵ ਆਈ ਹੈ? ਹਾਂ ਜੀ, ਉਹ ਪਤਾ ਲੱਗਿਆ ਜੀ ਪਹਿਲਾਂ ਉਹ ਕੁਛ ਦਿਨ ਤੋਂ ਪਹਿਲਾਂ ਢਿੱਲੇ 'ਤੇ ਜੀ, ਉਹਨਾਂ ਸਾਨੂੰ ਦੱਸਿਆ ਨਹੀਂ ਹੈਗਾ ਜੀ ਵੀ ਢਿੱਲੇ ਨੇ ਜੀ। ਅਤੇ ਉਦੋਂ ਬਾਅਦ ਜੀ ਇਹ ਗ੍ਰੰਥੀ ਸਿੰਘ ਦੀ ਰਿਪੋਰਟ ਹੈ ਇਹਨੇ 31 ਤਰੀਕ ਨੂੰ ਕਰਾਈ ਹੈ ਜੀ। ਇਹ ਤਕਰੀਬਨ 1 ਤਰੀਕ ਨੂੰ 4:30 ਵਜੇ 4 ਵਜੇ ਦੇ ਗੇੜ 'ਚ ਸਾਨੂੰ ਪਤਾ ਲੱਗਿਆ ਜੀ ਵੀ ਉਹ ਇਹਨੂੰ ਇਹ ਹੈਗਾ ਜੀ ਪੋਜ਼ਿਟਿਵ ਨੇ ਜੀ। ਅਤੇ ਉਹਦੇ ਕਰਕੇ ਉਹਦੀ ਇਹ ਅੰਦਰ ਕਰਤੇ ਜੀ ਕਮਰੇ ਦੇ ਵਿੱਚ ਜੀ।
ਤੇ ਪਿੰਡ ਦਾ ਕੀ ਸਹਿਯੋਗ ਰਹੇਗਾ? ਪਿੰਡ ਦਾ ਪੂਰਾ ਸਹਿਯੋਗ ਰਹੇਗਾ, ਜਿਹੜੀ ਟੀਮ ਆਏਗੀ ਪੂਰੀ ਨਗਰ ਵੱਲੋਂ, ਪਿੰਡ ਪੰਚਾਇਤ ਵੱਲੋਂ, ਸਾਰਿਆਂ ਵੱਲੋਂ, ਗੁਰਦੁਆਰਾ ਕਮੇਟੀ ਵੱਲੋਂ ਪੂਰਾ ਸਹਿਯੋਗ ਦੇਵਾਂਗੇ ਜੀ। ਅਸੀਂ ਪਿੰਡ ਦੇ ਵਿੱਚ ਵਾਰ ਵਾਰ ਅਲਾਊਸਮੈਂਟ ਕਰ ਰਹੇ ਹਾਂ ਜੀ, ਵੱਧ ਤੋਂ ਵੱਧ ਟੈਸਟ ਕਰਾਓ ਜੀ, ਤੁਸੀਂ ਇਹਦੇ ਤੋਂ ਬਿਮਾਰੀ ਤੋਂ ਭਿਆਨਕ ਬਿਮਾਰੀ ਤੋਂ ਬਚੋ ਜੀ, ਪਹਿਲਾਂ ਬਚਤ ਹੋ ਸਕਦੀ, ਬਾਅਦ 'ਚ ਕੋਈ ਬਚਤ ਨਹੀਂ ਜੀ ਇਹਦੀ। ਹਾਂਜੀ ਮੈਡਮ, ਤੁਹਾਡਾ ਨਾਮ ਕੀ ਹੈ? ਹਾਂਜੀ ਮੇਰਾ ਨਾਮ ਮਨਪ੍ਰੀਤ ਕੌਰ ਹੈ ਜੀ। ਮੈਡਮ, ਜਿਹੜਾ ਇੱਕ ਇੱਥੇ ਗ੍ਰੰਥੀ ਸਾਹਿਬ ਜਿਹੜੇ ਪੋਜ਼ਿਟਿਵ ਆਏ ਸੀ, ਉਹ ਤੋਂ ਬਾਅਦ ਪਿੰਡ ਦੀ ਕੀ ਕਿੰਨਾ ਕੁ ਤੁਸੀਂ ਦੇਖ ਰਹੇ ਹੋ, ਕਿੰਨਾ ਕਵਰ ਕੀਤਾ ਪਿੰਡ? ਪਿੰਡ ਨੇ ਬਹੁਤ ਸਹਿਯੋਗ ਦਿੱਤਾ ਜੀ। ਇਸ ਤੋਂ ਬਾਅਦ ਉਹਨਾਂ ਦੀ ਮਤਲਬ ਸੈਂਪਲਿੰਗ ਹੋ ਰਹੀ ਹੈ, ਕੱਲ੍ਹ ਦੀ ਸਟਾਰਟ ਹੋ ਗਈ ਸੀ, ਜਦੋਂ ਹੀ ਸਾਨੂੰ ਪਤਾ ਲੱਗਿਆ ਅਸੀਂ ਉਦੋਂ ਹੀ ਸੈਂਪਲਿੰਗ ਸਟਾਰਟ ਕਰਤੀ ਸੀ। ਕੱਲ੍ਹ ਵੀ 28 ਜਣਿਆਂ ਦੀ ਸੈਂਪਲਿੰਗ ਹੋਈ ਆ, ਸਾਰੇ ਜਣੇ ਕੱਲ੍ਹ ਵੀ ਨੈਗੇਟਿਵ ਆਏ ਨੇ, ਅੱਜ ਟੋਟਲ 9 ਜਣਿਆਂ ਦੀ ਸੈਂਪਲਿੰਗ ਹੋਈ ਆ, ਅੱਜ ਵੀ ਸਾਰੇ ਨੈਗੇਟਿਵ ਨੇ, ਕਿਸੇ ਨੂੰ ਕੋਈ ਸਾਈਨ ਐਂਡ ਸਿਮਟਮ ਨਹੀਂ, ਸਾਰੇ ਬਿਲਕੁਲ ਠੀਕ ਨੇ। ਗ੍ਰੰਥੀ ਬਾਰੇ ਦੱਸੋ, ਉਹਨਾਂ ਦੀ ਕਦੋਂ ਹੋਈ ਸੀ, ਕਦੋਂ ਪੋਜ਼ਿਟਿਵ ਦਾ ਪਤਾ ਲੱਗਿਆ? ਉਹਨਾਂ ਦੀ ਜੀ 1 ਤਰੀਕ ਨੂੰ, 1 ਜੂਨ ਨੂੰ ਨਾ। ਨਾਮ ਕੀ ਸੀ ਉਹਨਾਂ ਦਾ? ਨਾਮ ਉਹਨਾਂ ਦਾ ਜਗਰਾਜ ਸਿੰਘ ਸੀ। ਹਾਂਜੀ, ਕਦੋਂ ਹੋਇਆ ਉਹਨਾਂ ਦਾ ਕੀ ਪਤਾ ਲੱਗਿਆ? ਉਹਨਾਂ ਦਾ ਸਾਨੂੰ 1 ਤਰੀਕ ਨੂੰ ਸ਼ਾਮ ਨੂੰ 5 ਵਜੇ ਰਿਪੋਰਟ ਆਈ ਹੈ ਜੀ, ਉਦੋਂ ਪਤਾ ਲੱਗਿਆ। ਉਸ ਤੋਂ ਬਾਅਦ ਕਿੰਨੇ ਕੁ ਲੋਕ ਸੰਪਰਕ 'ਚ ਆਏ ਸੀ ਉਹਨਾਂ ਨੂੰ? ਸੰਪਰਕ 'ਚ ਉਹਨਾਂ ਦੇ ਮਤਲਬ ਇਸ ਤੋਂ ਬਾਅਦ ਕੋਈ ਸੰਪਰਕ 'ਚ ਨਹੀਂ ਆਇਆ, ਜਦੋਂ ਹੀ ਸਾਨੂੰ ਪਤਾ ਲੱਗਿਆ ਅਸੀਂ ਉਦੋਂ ਹੀ ਉਹਨਾਂ ਨੂੰ ਇਕਾਂਤਵਾਸ ਕੀਤਾ, ਉਹਨਾਂ ਨੂੰ ਕਿੱਟ ਪ੍ਰੋਵਾਈਡ ਕੀਤੀ ਗਈ ਆ, ਫਤਿਹ ਕਿੱਟ ਪ੍ਰੋਵਾਈਡ ਕੀਤੀ ਆ, ਸਾਰੀ ਦਵਾਈ ਉਹਨਾਂ ਨੂੰ ਮਿਲ ਗਈ ਆ, ਹੁਣ ਉਹ ਉਦੋਂ ਦੇ ਇਕਾਂਤਵਾਸ ਹੀ ਨੇ, ਇਸ ਤੋਂ ਬਾਅਦ ਨਹੀਂ ਮਤਲਬ। ਬਾਕੀ ਜਿਹੜੇ ਪਿੰਡ ਦੇ ਲੋਕ ਨੇ? ਹਾਂਜੀ, ਜਿੰਨਿਆਂ ਦੀ ਵੀ ਸੈਂਪਲਿੰਗ ਹੋਈ ਹੈ, ਇਸ ਤੋਂ ਬਾਅਦ ਸਾਰੇ ਨੈਗੇਟਿਵ ਆਏ ਨੇ।